ਹੈਲੋ ਸਟੂਡੈਂਟ ਮੈਂ ਮਨੀਸ਼ ਕੰਬੋਜ ਤੁਹਾਡਾ ਤੁਹਾਡੇ ਆਪਣੇ ਚੈਨਲ 247 ਐਜੂਕੇਸ਼ਨ ਹੱਬ ਦੇ ਉੱਪਰ ਸਵਾਗਤ ਕਰਦਾ ਹਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ 15 ਮੋਸਟ ਇੰਪੋਰਟੈਂਟ ਪੰਜਾਬ ਜੀਕੇ ਕੁਐਸਚਨ ਦੀ ਕੁਇਜ਼ ਲੈ ਕੇ ਆਇਆ ਹਾਂ ਅਗਰ ਤੁਸੀਂ ਇਹਨਾਂ 15 ਕੁਐਸਚਨ ਦੇ ਵਿੱਚੋਂ 12 ਕੁਐਸਚਨ ਦਾ ਰਾਈਟ ਆਨਸਰ ਦਿੰਦੇ ਹੋ ਤਾਂ ਨੈਕਸਟ ਜੋ ਵੀ ਤੁਸੀਂ ਐਗਜ਼ਾਮ ਦੇਣ ਜਾ ਰਹੇ ਹੋ ਆਈ ਹੋਪ ਉਸ ਦੇ ਵਿੱਚ ਤੁਹਾਡਾ ਸਕੋਰ ਬਹੁਤ ਜ਼ਿਆਦਾ ਬੈਸਟ ਜਾਣ ਵਾਲਾ ਹੈ ਹਾਂਜੀ ਤਾਂ ਹਰ ਕੁਐਸਚਨ ਦੇ ਲਈ ਸਟੂਡੈਂਟ 5 ਸੈਕਿੰਡ ਦਾ ਟਾਈਮ ਹੋਏਗਾ ਤੁਹਾਡੇ ਕੋਲ ਹਾਂਜੀ ਤਾਂ ਫਰਸਟ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ ਇਹਨਾਂ ਵਿੱਚੋਂ ਕਿਸ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਹਾਂਜੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਹਨ ਆਪਸ਼ਨ A ਹੈ ਜੀ ਦਮਦਮਾ ਸਾਹਿਬ ਆਪਸ਼ਨ B ਹੈ ਆਨੰਦਪੁਰ ਸਾਹਿਬ ਆਪਸ਼ਨ C ਹੈ ਗੋਵਿੰਦ ਵਾਲ ਸਾਹਿਬ ਔਰ ਆਪਸ਼ਨ D ਹੈ ਖਡੂਰ ਸਾਹਿਬ ਹਾਂਜੀ ਤਾਂ 5 ਸੈਕਿੰਡ ਦਾ ਟਾਈਮ ਹੈ ਤੁਹਾਡੇ ਕੋਲ ਇਸ ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ A ਯਾਨੀ ਕਿ ਦੰਦਮਸ ਸਾਹਿਬ ਹਾਂਜੀ ਤਾਂ ਦੰਦਮਸ ਸਾਹਿਬ ਨੂੰ ਹੀ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ ਪੰਜ ਤਖਤਾਂ ਵਿੱਚੋਂ ਸਭ ਤੋਂ ਪੁਰਾਣਾ ਤਖਤ ਕਿਹੜਾ ਹੈ ਇਸ ਦਾ ਰਾਈਟ ਆਨਸਰ ਕਰਨਾ ਹੈ ਤੁਸੀਂ ਸਟੂਡੈਂਟ ਚਾਰ অপਸ਼ਨ ਤੁਹਾਡੇ ਸਾਹਮਣੇ ਹਨ ਇਹਨਾਂ ਦੇ ਵਿੱਚੋਂ ਜੋ ਵੀ ਰਾਈਟ অপਸ਼ਨ ਹੈ ਜੋ ਵੀ ਤੁਹਾਡਾ ਜਵਾਬ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਔਰ 5 ਸੈਕਿੰਡ ਦਾ ਟਾਈਮ ਹੋਏਗਾ ਤੁਹਾਡੇ ਕੋਲੇ ਹਰ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਨੰਬਰ A ਸ਼੍ਰੀ ਅਕਾਲ ਤਖਤ 3rd ਕੁਐਸਚਨ ਤੁਹਾਡੇ ਸਾਹਮਣੇ ਹੈ ਜੀ ਚਿੱਟਾ ਲਹੁ ਅਤੇ ਇੱਕ ਮਿਆਂ ਦੋ ਤਲਵਾਰਾਂ ਕਿਸ ਦੀਆਂ ਰਚਨਾਵਾਂ ਹਨ ਹਾਂਜੀ ਤਾਂ ਚਿੱਟਾ ਲਹੁ ਔਰ ਇੱਕ ਮਿਆਂ ਦੋ ਤਲਵਾਰਾਂ ਤਾਂ ਜੋ ਰਾਈਟਰ ਹੈ ਤੁਸੀਂ ਉਹ ਦੱਸਣਾ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਹਨ ਇਸ ਦੇ ਵਿੱਚੋਂ ਜੋ ਵੀ ਰਾਈਟ ਆਨਸਰ ਹੋਏਗਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ 5 ਸੈਕਿੰਡ ਦਾ ਟਾਈਮ ਹੈ ਤੁਹਾਡੇ ਕੋਲ ਇਸ ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਯਾਨੀ ਕਿ ਨਾਨਕ ਸਿੰਘ ਹਾਂਜੀ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਦੀ ਔਰ ਕੁਐਸਚਨ ਨੰਬਰ 4 ਤੁਹਾਡੇ ਸਾਹਮਣੇ ਹੈ ਜੀ ਗਿਆਨ ਪੀਠ ਅਵਾਰਡ ਕਿਸ ਸਾਲ ਵਿੱਚ ਸ਼ੁਰੂ ਕੀਤਾ ਗਿਆ ਹਾਂਜੀ ਏ অপਸ਼ਨ ਹੈ ਜੀ 1965 ਬੀ অপਸ਼ਨ ਹੈ 1963 ਸੀ অপশন ਹੈ 1961 اور ডি অপশন ਹੈ 1970 ہاں جی স্টুডেন্ট ਤੁਹਾਡਾ ਜੋ ਵੀ স্কোর ਹੋਏਗਾ ਤੁਸੀਂ ਉਹ স্কোর কমেন্ট ਬਾਕਸ ਦੇ ਵਿੱਚ ਜਰੂਰ ਦੱਸਣਾ ਹੈ ਇਸ ਦਾ ਜੋ রাইਟ ਆਨਸਰ ਹੈ অপশন ਨੰਬਰ ਸੀ 1961 ਤਾਂ ਗਿਆਨ ਪੀਟ ਜੋ 어ওয়ার্ড ਹੈ ਉਹ 1961 ਦੇ ਵਿੱਚ ਸਟਾਰਟ ਕਰਿਆ ਗਿਆ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ ਪਿੰਡੂ 올림픽ਸ ਪੰਜਾਬ ਦੇ ਹੇਠ ਲਿਖਿਆਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਹਾਂਜੀ ਅੰਮ੍ਰਿਤਸਰ ਬੀ ਆਪਸ਼ਨ ਹੈ ਫਾਜ਼ਿਲਕਾ ਸੀ ਆਪਸ਼ਨ ਮੁਕ ਮੁਕਸਰ ਔਰ ਡੀ ਆਪਸ਼ਨ ਹੈ ਜੀ ਲੁਧਿਆਣਾ ਤਾਂ ਚਾਰ ਆਪਸ਼ਨਾਂ ਦੇ ਵਿੱਚੋਂ ਜੋ ਵੀ ਤੁਹਾਡਾ ਰਾਈਟ ਆਨਸਰ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਹਰ ਕੁਐਸਚਨ ਦੇ ਲਈ 5 ਸੈਕਿੰਡ ਦਾ ਤੁਹਾਡੇ ਕੋਲ ਟਾਈਮ ਹੋਏਗਾ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਯਾਨੀ ਕਿ ਲੁਧਿਆਣਾ ਤਾਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪਿੰਡੂ 올ਿਮਪਿਕਸ ਕਰਵਾਏ ਜਾਂਦੇ ਹਨ ਹਾਂਜੀ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਦੀ ਔਰ ਕੁਐਸਚਨ ਨੰਬਰ 6 ਤੁਹਾਡੇ ਸਾਹਮਣੇ ਹੈ ਜੀ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਸੀ ਹਾਂਜੀ ਆਪਸ਼ਨ A ਹੈ ਜੀ ਮਨਦੀਪ ਕੌਰ ਆਪਸ਼ਨ B ਹੈ ਕਮਲਜੀਤ ਸੰਧੂ ਆਪਸ਼ਨ C ਹੈ ਸਾਨੀਆ ਮਿਰਜ਼ਾ ਔਰ ਆਪਸ਼ਨ D ਹੈ ਜੀ ਪੀਟੀ 우ਸ਼ਾ ਸਟੂਡੈਂਟ ਹਰ ਕੁਐਸਚਨ ਦੇ ਲਈ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ B ਯਾਨੀ ਕਿ ਕਮਲਜੀਤ ਸੰਧੂ ਪਹਿਲੀ ਭਾਰਤੀ ਮਹਿਲਾ ਸੀ ਜਿਸ ਨੇ ਏਸ਼ੀਆਈ ਖੇਡਾਂ ਦੇ ਵਿੱਚ 골ਡ ਜਿੱਤਿਆ ਕੁਐਸਚਨ ਨੰਬਰ 7 ਤੁਹਾਡੇ ਸਾਹਮਣੇ ਹੈ ਜੀ ਸਿੱਖ ਵਿਰਾਸਤ ਕੰਪਲੈਕਸ ਕਿੱਥੇ ਬਣਾਇਆ ਗਿਆ ਹੈ ਹਾਂਜੀ ਤਾਂ ਚਾਰ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਆਪਸ਼ਨ ਨੰਬਰ A ਹੈ ਅਨੰਦਪੁਰ ਸਾਹਿਬ ਆਪਸ਼ਨ B ਹੈ ਜੀ ਰੋਪੜ ਆਪਸ਼ਨ C ਅੰਮ੍ਰਿਤਸਰ ਆਪਸ਼ਨ D ਪਟਿਆਲਾ ਹਾਂਜੀ 5 ਸੈਕਿੰਡ ਦਾ ਟਾਈਮ ਹੈ ਤੁਹਾਡੇ ਕੋਲ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ A ਯਾਨੀ ਕਿ ਅਨੰਦਪੁਰ ਸਾਹਿਬ ਤਾਂ ਜੋ ਸਿੱਖ ਵਿਰਾਸਤ ਕੰਪਲੈਕਸ ਹੈ ਉਹ ਕਿੱਥੇ ਬਣਾਇਆ ਗਿਆ ਹੈ ਅਨੰਦਪੁਰ ਸਾਹਿਬ ਦੇ ਵਿੱਚ ਹਾਂਜੀ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਦੀ ਔਰ ਕੁਐਸਚਨ ਨੰਬਰ 8 ਹੈ ਜੀ ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਹਾਂਜੀ ਚਾਰ ਆਪਸ਼ਨਾਂ ਤੁਹਾਡੇ ਸਾਹਮਣੇ ਹਨ ਤੁਸੀਂ ਜੋ ਇਸ ਦਾ ਰਾਈਟ ਆਨਸਰ ਹੈ ਉਹ ਦੱਸਣਾ ਹੈ हाँ जी स्टूडेंट जो एस जी पी सी है श्रोमणी गुरुद्वारा प्रबंधक कमेटी इस दी स्थापना किस साल हुई इसका जो राइट आंसर है ऑप्शन नंबर सी 1925 सौ पच्ची हाँ जी दैट इज़ वेरी इंपोर्टेंट क्वेश्चन एग्जाम के बहुत बार रिपीट हो चुका है हाँ जी मूव करते हैं नैक्सट क्वेश्चन की ओर क्वेश्चन नंबर नाइन थोड़े सामने है जी खेती उद्योगिक नीति बनी इसका मतलब की है जी ती दसना है ਖੇਤੀਬਾੜੀ ਉਦਯੋਗਿਕ ਨੀਤੀ ਕਦੋਂ ਬਣਾਈ ਗਈ ਸੀ ਸਰਕਾਰ ਦੁਆਰਾ ਚਾਰ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਇਹਨਾਂ ਦੇ ਵਿੱਚੋਂ ਜੋ ਵੀ ਰਾਈਟ ਆਨਸਰ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਹਰ ਕੁਐਸਚਨ ਲਈ 5 ਸੈਕਿੰਡ ਦਾ ਟਾਈਮ ਹੈ ਤੁਹਾਡੇ ਕੋਲ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ 2009 ਦੇ ਵਿੱਚ ਤਾਂ ਜੋ ਖੇਤੀਬਾੜੀ ਉਦਯੋਗਿਕ ਨੀਤੀ ਸੀ ਇਹ ਕਦੋਂ ਬਣੀ ਤਾਂ 2009 ਦੇ ਵਿੱਚ ਬਣੀ ਮੂੰਹ ਕਰਦੇ ਹਾਂ ਨੈਕਸਟ ਕੁਐਸਚਨ ਦੀ ਔਰ ਨੈਕਸਟ ਕੁਐਸ਼ਨ ਹੈ ਜੀ ਪੰਜਾਬ ਦਾ ਮੈਂਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਹਾਂਜੀ ਤਾਂ ਪੰਜਾਬ ਦਾ ਮੈਂਚੈਸਟਰ ਦੱਸਣਾ ਹੈ ਤੁਸੀਂ ਆਪਸ਼ਨ ਤੁਹਾਡੇ ਸਾਹਮਣੇ ਹਨ ਆਪਸ਼ਨ A ਹੈ ਖੰਨਾ ਆਪਸ਼ਨ B ਚੰਡੀਗੜ੍ਹ ਆਪਸ਼ਨ C ਹੈ ਜੀ ਜਲੰਧਰ ਔਰ ਆਪਸ਼ਨ D ਹੈ ਲੁਧਿਆਣਾ ਹਾਂਜੀ ਹਰ ਕੁਐਸ਼ਨ ਦੇ ਲਈ ਤੁਹਾਨੂੰ 5 ਸੈਕਿੰਡ ਦਾ ਟਾਈਮ ਮਿਲੇਗਾ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਨੰਬਰ D ਲੁਧਿਆਣਾ हां जी ਤਾਂ ਪੰਜਾਬ ਦਾ ਮੈਂਚੈਸਟਰ ਕਿਸ ਨੂੰ ਬੋਲਿਆ ਜਾਂਦਾ ਹੈ ਤਾਂ ਆਪਣਾ ਰਾਈਟ ਆਨਸਰ ਹੋਏਗਾ ਜੀ ਲੁਧਿਆਣਾ ਹਾਂ ਜੀ ਸਟੂਡੈਂਟ ਤਾਂ ਹੁਣ ਤੁਹਾਨੂੰ ਮੋਟੀਵੇਟ ਕਰਨ ਲਈ ਇੱਕ ਥੋੜ੍ਹ ਤੁਹਾਡੇ ਸਾਹਮਣੇ ਹੈ ਜੀ ਹਾਂ ਜੀ ਜज्ਬਾ ਰੱਖੋ ਹਰ ਪਲ ਜਿੱਤਣ ਦਾ ਕਿਉਂਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲੇਗਾ ਹਾਂ ਜੀ ਤਾਂ ਹਾਂ ਜੀ ਦੋਸਤੋ ਕਦੇ ਵੀ ਜ਼ਿੰਦਗੀ ਵਿੱਚ ਹਾਰ ਨਾ ਮੰਨੋ ਜੇ ਤੁਹਾਡੇ ਵਿੱਚ ਜज्ਬਾ ਹੈ ਜਿੱਤਣ ਦਾ ਤਾਂ ਦੋਸਤੋ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਹਾਂਜੀ ਤਾਂ ਦੇਖੋ ਸਟੂਡੈਂਟ ਕੋਈ ਵੀ ਕੰਮ ਕਰਨਾ ਹੈ ਤਾਂ ਉਸ ਦੇ ਵਿੱਚ ਪੂਰੀ ਲਗਨ ਹੋਣੀ ਚਾਹੀਦੀ ਹੈ ਹਾਂਜੀ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਦੀ ਔਰ ਕੁਐਸਚਨ ਨੰਬਰ 11 ਹੈ ਜੀ ਮੋਦਕੀ ਦੀ ਲੜਾਈ ਵਿੱਚ ਸਿੱਖ ਫੌਜਾਂ ਦੀ ਅਗਵਾਈ ਹੇਠ ਲਿਖਿਆਂ ਵਿੱਚੋਂ ਕਿਸ ਨੇ ਕੀਤੀ ਤਾਂ ਚਾਰ ਆਪਸ਼ਨਾਂ ਦੇ ਵਿੱਚੋਂ ਜਿਸ ਪਰਸਨ ਨੇ ਮੋਦਕੀ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ કરી ਹਾਂਜੀ ਤਾਂ ਉਸ ਪਰਸਨ ਦਾ ਨਾਮ ਦੱਸਣਾ ਹੈ ਤੁਸੀਂ ਚਾਰ ਆਪਸ਼ਨ ਹਨ ਤੁਹਾਡੇ ਸਾਹਮਣੇ 5 ਸੈਕਿੰਡ ਦਾ ਟਾਈਮ ਹੈ ਤੁਹਾਡੇ ਕੋਲ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਲਾਲ ਸਿੰਘ ਤਾਂ ਮੁਦਕੀ ਦੀ ਲੜਾਈ ਦੇ ਵਿੱਚ ਸਿੱਖ ਫੌਜਾਂ ਦੀ ਅਗਵਾਈ ਕਰੀ ਲਾਲ ਸਿੰਘ ਨੇ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 12 ਦ ਫਲੇਮ ਆਫ ਲਿਬਰਟੀ ਨਾਮਕ ਸਮਾਰਕ ਕਿਸ ਨਾਲ ਸੰਬੰਧਿਤ ਹੈ ਹਾਂਜੀ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹਾਂਜੀ ਤਾਂ অপਸ਼ਨ ਤੁਹਾਡੇ ਸਾਹਮਣੇ ਹਨ ਜੀ অপਸ਼ਨ A ਹੈ ਮੁਦਕੀ ਦੀ ਲੜਾਈ অপਸ਼ਨ B ਹੈ ਜਲਿਆਂਵਾਲਾ ਬਾਗ ਕਤਲੇਆ অপਸ਼ਨ C ਹੈ ਜੀ ਕਾਮਾਗਾਟਾ ਮਾਰੂ ਦੀ ਘਟਨਾ ਰੋਪਸ਼ਨ D ਹੈ ਗਦਰ ਲਹਿਰ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ B ਜਲਿਆਂਵਾਲਾ ਬਾਗ ਕਤਲੇਆ ਹਾਂਜੀ ਤਾਂ ਇਸ ਦੇ ਨਾਲ ਰਿਲੇਟਡ ਹੈ ਦਾ ਫਲੇਮ ਆਫ ਲਿਬਰਟੀ ਹਾਂਜੀ ਮੂਵ ਕਰਦੇ ਹਾਂ ਨੈਕਸਟ ਕੁਐਸ਼ਨ ਦੀ ਔਰ ਕੁਐਸ਼ਨ ਨੰਬਰ 13 ਤੁਹਾਡੇ ਸਾਹਮਣੇ ਹੈ ਜੀ ਗੁਰੂ ਬਨਨ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਕਿਹੜੇ ਨਾਮ ਨਾਲ ਜਾਣੇ ਜਾਂਦੇ ਸਨ ਚਾਰ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਇਹਨਾਂ ਦੇ ਵਿੱਚੋਂ ਜੋ ਵੀ ਰਾਈਟ ਆਨਸਰ ਹੋਏਗਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਔਰ ਸਟੂਡੈਂਟ ਤੁਹਾਡਾ ਜੋ ਵੀ ਸਕੋਰ ਹੁੰਦਾ ਹੈ ਹਾਂਜੀ ਤਾਂ ਉਹ ਸਕੋਰ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਕਰਨਾ ਹੈ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਤੁਹਾਡੀ ਪ੍ਰੈਪਰੇਸ਼ਨ ਕਿੱਦਾਂ ਚੱਲ ਰਹੀ ਹੈ ਹਾਂਜੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਨੰਬਰ A ਯਾਨੀ ਕਿ ਬਾਈ ਲਹਿਣਾ ਪਾਈ ਲੈਣਾ ਕਿਸ ਦਾ ਨਾਮ ਸੀ ਤਾਂ ਗੁਰੂ ਅੰਗਦ ਦੇਵ ਜੀ ਦਾ ਪੁਰਾਣਾ ਨਾਮ ਸੀਗਾ। ਕੁਐਸਚਨ ਨੰਬਰ 14 ਤੁਹਾਡੇ ਸਾਹਮਣੇ ਹੈ ਜੀ ਹੋਜਰੀ ਦੀਆਂ ਚੀਜ਼ਾਂ ਲਈ ਕਿਹੜਾ ਸ਼ਹਿਰ ਪ੍ਰਸਿੱਧ ਹੈ? ਹਾਂਜੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਹਨ ਇਸ ਦੇ ਵਿੱਚੋਂ ਜੋ ਵੀ ਰਾਈਟ ਆਨਸਰ ਹੈ ਤੁਸੀਂ ਉਹ ਦੱਸਣਾ ਹੈ। ਸਟੂਡੈਂਟ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਐਦਾਂ ਦੀਆਂ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨੂੰ ਸ਼ੇਅਰ ਵੀ ਕਰੋ। ਇਸ ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ B ਯਾਨੀ ਕਿ ਲੁਧਿਆਣਾ ਹਾਂਜੀ ਹੁਣ ਆਪਣਾ ਲਾਸਟ ਕੁਐਸ਼ਨ ਹੈ ਅੱਜ ਦੀ ਵੀਡੀਓ ਦਾ ਅਗਰ ਤੁਸੀਂ ਅਜੇ ਤੱਕ ਇਸ ਨੂੰ ਸ਼ੇਅਰ ਨਹੀਂ ਕਰਿਆ ਹੈ ਤਾਂ ਇਸ ਨੂੰ ਇੱਕ ਵਾਰ ਦਬ ਕੇ ਸ਼ੇਅਰ ਕਰ ਦਿਓ ਹਾਂਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਪੰਜਾਬ ਦੀ ਨਕਦੀ ਫਸਲ ਹੈ ਹਾਂਜੀ ਤਾਂ ਨਕਦੀ ਫਸਲ ਦੇ ਬਾਰੇ ਦੱਸਣਾ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਹਨ ਜੀ অপਸ਼ਨ A ਹੈ ਕਣਕ অপਸ਼ਨ B ਮੱਕੀ অপਸ਼ਨ C ਝੋਨਾ ਔਰ অপਸ਼ਨ D ਕੀ ਹੈ ਜੀ ਗੰਨਾ ਹਰ ਕੁਐਸ਼ਨ ਲਈ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਡੀ ਗੰਨਾ ਹਾਂਜੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਇਸ ਦਾ ਲਿੰਕ ਆਪਣੇ ਘਰ ਤੋਂ ਘਰ 10 ਫਰੈਂਡ ਨੂੰ ਜਰੂਰ ਭੇਜੋ